ਸਟਾਰਟ ਪਿਛਲੇ ਕੁਝ ਸਮੇਂ ਤੋਂ ਤੁਹਾਡੇ ਦਫ਼ਤਰ ਦੀ ਭਾਸ਼ਾ ਪ੍ਰਚਾਲਨ ਦੇ ਮਨੋਰਥ ਨਾਲ ਚੈਕਿੰਗ ਨਹੀਂ ਕੀਤੀ ਜਾ ਸਕੀ, ਪਰ ਸਮੇਂ-ਸਮੇਂ ਤੇ ਜੋ ਵੀ ਭਾਸ਼ਾ ਪ੍ਰਚਾਲਨ ਸੰਬੰਧੀ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਹਦਾਇਤਾਂ ਜਾਰੀ ਹੋਈਆਂ ਹਨ, ਉਹਨਾਂ ਤੋਂ ਤੁਹਾਨੂੰ ਬਕਾਇਦਾ ਸੂਚਿਤ ਕੀਤਾ ਜਾਂਦਾ ਰਿਹਾ ਹੈ ਡੰਡੀ। ਇਸ ਲਈ ਤੁਹਾਡੇ ਦਫ਼ਤਰ ਦੀ ਭਾਸ਼ਾ ਪ੍ਰਚਾਲਨ ਦੇ ਮੰਤਵ ਨਾਲ ਤੇ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਲਈ ਇਸ ਪੱਤਰ ਸਹਿਤ ਲਿਖਿਆ ਜਾਂਦਾ ਹੈ ਕਿ ਇਹ ਦੱਸਣ ਦੀ ਖੇਚਲ ਕੀਤੀ ਜਾਵੇ ਕਿ ਤੁਹਾਡੇ ਦਫ਼ਤਰ ਵਿੱਚ ਕਿਹੜਾ ਕਿਹੜਾ ਕੰਮ ਪੰਜਾਬੀ ਵਿੱਚ ਹੋ ਰਿਹਾ ਹੈ ਅਤੇ ਜਿਹੜਾ ਨਹੀਂ ਹੋ ਰਿਹਾ ਉਹ ਕਿਉਂ ਨਹੀਂ ਹੋ ਰਿਹਾ ਡੰਡੀ। ਇਹ ਵੀ ਦੱਸਿਆ ਜਾਵੇ ਕਿ ਜਿਹੜਾ ਕਰਮਚਾਰੀ ਪੰਜਾਬੀ ਵਿੱਚ ਕੰਮ ਨਹੀਂ ਕਰਦਾ ਉਸ ਵਿਰੁੱਧ ਤੁਸੀਂ ਕੀ ਕਾਰਵਾਈ ਕੀਤੀ ਹੈ ਅਤੇ ਜੇਕਰ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ ਡੰਡੀ। ਇੱਥੇ ਇਹ ਵੀ ਲਿਖਿਆ ਜਾਂਦਾ ਹੈ ਕਿ ਦਫ਼ਤਰ ਵਿੱਚ ਪੰਜਾਬੀ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਦਫ਼ਤਰ ਦੇ ਇੰਚਾਰਜ ਦੀ ਹੁੰਦੀ ਹੈ ਡੰਡੀ। ਇਸ ਲਈ ਜੇਕਰ ਉਸ ਦੇ ਦਫ਼ਤਰ ਵਿੱਚ ਪੰਜਾਬੀ ਵਿੱਚ ਕੰਮ ਨਹੀਂ ਹੋ ਰਿਹਾ ਤਾਂ ਉਹ ਖੁਦ ਸਜ਼ਾ ਦਾ ਭਾਗੀ ਬਣਦਾ ਹੈ ਡੰਡੀ। ਤੁਹਾਡੇ ਦਫ਼ਤਰ ਦੇ ਕਿਸੇ ਵੀ ਤਕਨੀਕੀ ਜਾਂ ਲੇਖੇ ਨਾਲ ਸੰਬੰਧਿਤ ਕਾਰਜ ਨੂੰ ਅੰਗਰੇਜ਼ੀ ਵਿੱਚ ਕਰਨ ਦੀ ਖੁੱਲ੍ਹ ਨਹੀਂ ਡੰਡੀ। ਜੇਕਰ ਤੁਹਾਨੂੰ ਕਿਸੇ ਬਾਹਰਲੇ ਦਫ਼ਤਰ ਜਾਂ ਬੋਰਡ ਦਫ਼ਤਰ ਵੱਲੋਂ ਕੋਈ ਚਿੱਠੀ ਅੰਗਰੇਜ਼ੀ ਵਿੱਚ ਵੀ ਆਉਂਦੀ ਹੈ ਤਾਂ ਉਸ ਦਾ ਉੱਤਰ ਵੀ ਹਰ ਹਾਲਤ ਵਿੱਚ ਪੰਜਾਬੀ ਵਿੱਚ ਦੇਣਾ ਹੈ ਡੰਡੀ। ਉਪਰੋਕਤ ਗਾਈਡਲਾਈਨਸ ਦੀ ਰੋਸ਼ਨੀ ਵਿੱਚ ਦੱਸਿਆ ਜਾਵੇ ਕਿ ਤੁਹਾਡੇ ਦਫ਼ਤਰ ਦਾ ਕਿਹੜਾ ਕਿਹੜਾ ਕੰਮ ਪੰਜਾਬੀ ਵਿੱਚ ਹੋ ਰਿਹਾ ਹੈ ਅਤੇ ਜਿਹੜਾ ਕਰਮਚਾਰੀ ਆਪਣਾ ਕੰਮ ਪੰਜਾਬੀ ਵਿੱਚ ਨਹੀਂ ਕਰ ਰਿਹਾ ਉਸ ਨੂੰ ਲਿਖਤੀ ਵਾਰਨਿੰਗ ਜਾਰੀ ਕਰਨ ਦੀ ਖੇਚਲ ਕੀਤੀ ਜਾਵੇ ਡੰਡੀ। ਜੇਕਰ ਤੁਹਾਡੇ ਦਫ਼ਤਰ ਵਿੱਚ ਪੰਜਾਬੀ ਟਾਈਪ ਮਸ਼ੀਨ ਹੈ ਤਾਂ ਇਹ ਦੱਸਿਆ ਜਾਵੇ ਕਿ ਉਸ ਦੀ ਪੂਰੀ ਪੂਰੀ ਵਰਤੋਂ ਕੀਤੀ ਜਾ ਰਹੀ ਹੈ ਜਾਂ ਨਹੀਂ ਡੰਡੀ। ਜੇਕਰ ਮਸ਼ੀਨ ਖਰਾਬ ਹੈ ਤਾਂ ਉਹ ਕਦੋਂ ਤੋਂ ਖਰਾਬ ਹੈ ਅਤੇ ਉਸ ਨੂੰ ਠੀਕ ਕਰਾਉਣ ਲਈ ਕੀ ਯਤਨ ਕੀਤੇ ਗਏ ਹਨ ਡੰਡੀ। ਤੁਹਾਡੇ ਦਫ਼ਤਰ ਦੀਆਂ ਮੋਹਰਾਂ ਅਵਸ਼ ਹੀ ਪੰਜਾਬੀ ਵਿੱਚ ਹੋਣੀਆਂ ਚਾਹੀਦੀਆਂ ਹਨ ਡੰਡੀ। ਜੇਕਰ ਉਹ ਹਾਲੇ ਵੀ ਪੰਜਾਬੀ ਵਿੱਚ ਨਹੀਂ ਹਨ ਤਾਂ ਉਹਨਾਂ ਨੂੰ ਵੀ ਤੁਰੰਤ ਹੀ ਪੰਜਾਬੀ ਵਿੱਚ ਬਣਾਇਆ ਜਾਵੇ ਡੰਡੀ। ਇੱਕ ਵਾਰ ਫਿਰ ਸਪਸ਼ਟ ਕੀਤਾ ਜਾਂਦਾ ਹੈ ਕਿ ਤੁਹਾਡੇ ਦਫ਼ਤਰ ਦਾ ਸਾਰੇ ਦਾ ਸਾਰਾ ਕੰਮ ਅਵਸ਼ ਹੀ ਪੰਜਾਬੀ ਵਿੱਚ ਹੋਣਾ ਚਾਹੀਦਾ ਹੈ ਅਤੇ ਸਿਲਸਿਲੇ ਵਿੱਚ ਕਿਸੇ ਕਰਮਚਾਰੀ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਣੀ ਚਾਹੀਦੀ ਡੰਡੀ। ਕਿਰਪਾ ਕਰਕੇ ਪੱਤਰ ਵਿੱਚ ਉਠਾਏ ਗਏ ਨੁਕਤਿਆਂ ਬਾਰੇ ਵੇਰਵੇ ਸਹਿਤ ਉੱਤਰ ਇਸ ਪੱਤਰ ਦੀ ਪ੍ਰਾਪਤੀ ਤੋਂ 10 ਦਿਨਾਂ ਦੇ ਅੰਦਰ ਅੰਦਰ ਦੇਣ ਦੀ ਖੇਚਲ ਕੀਤੀ ਜਾਵੇ ਡੰਡੀ।